हे गाइस वेलकम टू विद इंग्लिश क्लास आओ आप आज एक और मैप चार्ट करना सीखिए ਤੇ ਮੈਂ ਦਾਅਵੇ ਨਾਲ ਕਹਿਣਾ ਜੇ ਤੁਸੀਂ ਇਹ ਮੈਪ ਚਾਰਟ ਨੂੰ ਧਿਆਨ ਨਾਲ ਸੁਣੋਗੇ ਜਾਂ ਪਹਿਲਾਂ ਵਾਲੀਆਂ ਜੋ ਵੀਡੀਓਜ਼ ਨੇ ਉਹਨਾਂ ਨੂੰ ਧਿਆਨ ਨਾਲ ਸੁਣਿਆ ਉਹਨਾਂ ਨੂੰ ਵੇਖਿਆ ਹੈਗਾ ਤਾਂ ਤੁਹਾਨੂੰ ਕੋਈ ਵੀ ਮਾਈ ਦਾ ਲਾਲ 7 ਪਲੱਸ ਸਕੋਰ ਲੈਣ ਤੋਂ ਰੋਕ ਨਹੀਂ ਸਕਦਾ ਹਥਿਆਰ ਨੂੰ ਫਿਰ ਸਕੋਰ ਆਪਣਾ 7 ਪਲੱਸ ਲੈਣ ਦੇ ਲਈ ਤਾਂ ਵੇਖੋ ਆਪਣਾ ਜੋ ਇਹ ਚਾਰਟ ਹੈ ਲੈਂਗਲੇ ਸਿਟੀ 1910 ਤੇ 1950 ਦਾ ਮੈਪ ਦਿਖਾਇਆ ਹੋਇਆ ਹੈਗਾ ਸੋ 1910 ਤੋਂ ਲੈ ਕੇ 1950 ਤੱਕ ਦਾ ਜਿਹੜਾ ਸਾਡੇ ਕੋਲੇ ਲੈਂਗਲੇ ਸਿਟੀ ਦਾ ਦਿਖਾਇਆ ਹੋਇਆ ਅਸੀਂ ਵੇਖ ਸਕਦੇ ਹਾਂ ਕਿ ਲੈਂਗਲੇ 1910 ਦੇ ਵਿੱਚ ਅਗਰ ਆਪਾਂ ਡਾਇਰੈਕਸ਼ਨ ਦੀ ਗੱਲ ਕਰੀਏ ਜੋ ਵੈਸਟ ਹੈ ਵੈਸਟ ਵਾਲੀ ਸਾਈਡ ਟਾਊਨ ਹਾਊਸਸ ਨੇ ਜਾਰਡਨ ਸਟਰੀਟ ਹੈਗੀ ਉਸ ਤੋਂ ਬਾਅਦ ਅਗਰ ਆਪਾਂ ਨਾਰਥ ਵਾਲੀ ਸਾਈਡ ਵੇਖੀਏ ਉੱਪਰ ਫੈਕਟਰੀ ਹੈ ਨਾਰਥ ਦੇ ਵਿੱਚ ਔਰ ਸੈਂਟਰ ਦੇ ਵਿੱਚ ਸ਼ਰਮਨ ਸਟਰੀਟ ਹੈਗੀ ਤੇ ਸਾਊਥ ਦੇ ਵਿੱਚ ਵੇਸਲੈਂਡ ਹੈਗਾ ਅਗਰ ਆਪਾਂ ਨੌਰਥ ਅਗਰ ਆਪਾਂ ਨੌਰਥ ਈਸਟ ਵੱਲ ਦੇਖੀਏ ਤਾਂ ਸਾਨੂੰ ਵੇਸਲੈਂਡ ਦਿਖ ਰਿਹਾ ਹੈਗਾ ਸਟੋਰ ਲਾਂਡਰੀ ਵਿਖ ਰਹੀ ਹੈਗੀ ਕੈਫੇ ਦਿਖ ਰਿਹਾ ਹੈਗਾ ਪਰ ਜੇ ਇਹੀ ਅਸੀਂ ਅਗਰ ਇਹੀ ਅਸੀਂ ਸਾਊਥ ਈਸਟ ਵੱਲ ਦੇਖੀਏ ਤਾਂ ਸਾਨੂੰ ਰੇਲਵੇ ਵਰਕਰ ਕਾਟਿਜ ਦਿਖ ਰਿਹਾ ਹੈਗਾ ਸੋ ਇਹ 1900 ਦੱਸਦਾ ਸਾਨੂੰ ਵਿਖਾਇਆ ਹੋਇਆ ਹੈਗਾ 1910 ਦਾ ਔਰ ਬਿਲਕੁਲ ਸਾਊਥ ਦੇ ਵਿੱਚ ਸਾਡੇ ਕੋਲੇ ਰੇਲਵੇ ਲਾਈਨ ਹੈਗੀ ਪਰ 1950 ਦੀ ਗੱਲ ਕਰੀਏ ਤਾਂ ਦੇਖੋ ਕਿੰਨਾ ਚੇਂਜ ਆ ਗਿਆ ਅਗਰ ਆਪਾਂ ਵੈਸਟ ਵਾਲੀ ਸਾਈਡ ਦੇਖੀਏ ਇਸ ਦੇ ਵੈਸਟ ਵੱਲ ਦੇਖੀਏ ਤਾਂ ਵੈਸਟ ਦੇ ਵਿੱਚ ਫਲੈਟਸ ਤੋਂ ਇਲਾਵਾ ਜਾਰਡਨ ਸਟਰੀਟ ਹੈਗੀ ਸੋ ਫਲੈਟਸ ਤੇ ਜਾਰਡਨ ਸਟਰੀਟ ਨਾਲ ਨੇ ਔਰ ਅਗਰ ਆਪਾਂ ਇਹਦੇ ਈਸਟ ਵਿੱਚ ਦੇਖੀਏ ਤਾਂ ਸਾਨੂੰ ਸਟੋਰ ਦਿਖ ਰਹੇ ਨੇਗੇ ਕੈਫੇ ਦਿਖ ਰਿਹਾ ਹੈਗਾ ਤੇ ਅਗਰ ਆਪਾਂ ਨਾਰਥ ਵਾਲ ਦੇਖੀਏ ਤਾਂ ਸ਼ਰਮਨ ਮੈਂਸ਼ਨ ਹੈ ਅਗਰ ਆਪਾਂ ਸਾਊਥ ਵਾਲ ਦੇਖੀਏ ਤਾਂ ਸਾਊਥ ਦੇ ਵਿੱਚ ਸਾਨੂੰ ਚਿਲਡਰਨਸ ਪਲੇ ਏਰੀਆ ਦਿਖ ਰਿਹਾ ਹੈਗਾ ਤੇ ਬਿਲਕੁਲ ਸੈਂਟਰ ਦੇ ਵਿੱਚ ਸ਼ਰਮਨ ਸਟਰੀਟ ਤੇ ਸ਼ਰਮਨ ਪਾਰਕ ਹੈਗਾ ਉਵੇਂ ਹੀ ਜਿਹੜਾ ਲਾਂਡਰੀ ਹੈ ਉਹ ਵੇਖ ਸਕਦੇ ਆਂਗੇ ਆਪਾਂ ਕਿ ਉਹ ਨਾਰਥ ਈਸਟ ਦੇ ਵਿੱਚ ਆਈ ਸੋ ਇਹ ਸਿੰਪਲੀ ਆਪਾਂ ਨੇ ਮੋਟਾ-ਮੋਟਾ ਵੇਖਿਆ ਹੈਗਾ ਕਿ ਕਿੱਥੇ ਕੀ ਹੈਗਾ ਹੁਣ ਇਹਨੂੰ ਆਪਾਂ ਟੈਕਨੀਕਲੀ ਵੇਖਦੇ ਆਂਗੇ ਸੋਲਵ ਕਰਦੇ ਆਂਗੇ ਕੀ ਹੈ ਪਹਿਲੀ ਗੱਲ ਤਾਂ ਇਹ ਜਿਹੜੇ ਦੋ ਮੈਪਸ ਨੇਗੇ ਸੋ ਟੂ ਮੈਪਸ ਨੇਗੇ ਇਹ ਲੈਂਗਲੇ ਦੇ Town ਨੂੰ ਬੁਖਾ ਰਹੇ ਨੇ 1910 ਤੋਂ ਲੈ ਕੇ 1950 ਦੇ ਵਿੱਚ ਤੇ ਇਹ ਇੱਕ ਦੇਖ ਕੇ ਪਤਾ ਲੱਗ ਰਿਹਾ ਹੈਗਾ ਕਿ ਜਿਵੇਂ ਲਾਂਡਰੀ ਹੈ ਕੈਫੇ ਹੈ ਵੀ ਇਹ ਸ਼ਹਿਰ ਆ ਗਿਆ ਇਹ ਸੋ ਆਪਾਂ ਅਰਬਨ ਡਿਵੈਲਪਮੈਂਟ ਕਹਿ ਸਕਦੇ ਜਦੋਂ ਵੀ ਨਾ ਚੇਂਜ ਆਉਂਦਾ ਹੈਗਾ ਮੈਂ ਤੁਹਾਨੂੰ ਦੱਸ ਦਾਂਗਾ ਮੈਪ ਦੇ ਵਿੱਚ ਚਾਹੇ ਇਹਦੇ ਵਿੱਚ ਲਿਖਿਆ ਨਹੀਂ ਹੋਇਆ ਵੀ ਡਿਵੈਲਪਮੈਂਟ ਆ ਗਈ ਪਰ ਮੈਪ ਦੇ ਵਿੱਚ ਜਦੋਂ ਦੋ ਇੱਕੋ ਹੀ ਏਰੀਆ ਦੇ ਦੋ ਅਲੱਗ-ਅਲੱਗ ਟਾਈਮ ਜੋਨਰ ਦਿਖਾਇਆ ਹੋਵੇ ਤਾਂ ਤੇ ਉਹ ਜੇ ਚੇਂਜ ਆਇਆ ਹੋਵੇ ਚਾਹੇ ਲੋਕਾਂ ਦੇ ਅਕੋਰਡਿੰਗ ਚੰਗਾ ਹੋਵੇ ਚਾਹੇ ਮਾੜਾ ਹੋਵੇ ਪਰ ਆਪਣੇ ਅਕੋਰਡਿੰਗ ਲਿਖਣ ਲੱਗਿਆ ਉਹ ਡਿਵੈਲਪਮੈਂਟ ਹੁੰਦੀ ਹੈ ਜੀ ਠੀਕ ਆ ਆਪਾਂ ਡਿਵੈਲਪਮੈਂਟ ਕਹਾਂਗੇ ਸੋ ਇਦੇ ਵਿੱਚ ਅਰਬਨ ਡਿਵੈਲਪਮੈਂਟ ਦਿਖਾਈ ਹੋਈ ਹੈਗੀ 1910 ਤੋਂ ਲੈ ਕੇ 1950 ਦੇ ਵਿੱਚ ਵੀ 1950 ਦੇ ਵਿੱਚ ਲੈਂਗਲੇ ਦੇ ਵਿੱਚ ਆ 40 ਸਾਲਾਂ ਦੇ ਵਿੱਚ ਕਿੰਨੀ ਅਰਬਨ ਡਿਵੈਲਪਮੈਂਟ ਹੋਈ ਹੈਗੀ ਟੇਕ ਪਲੇਸ ਹੋਈ ਆ ਓਵਰਆਲ ਆਪਾਂ ਕਹਿ ਸਕਦੇ ਆ ਕਿ ਕਈ ਤਰ੍ਹਾਂ ਦੇ ਨੋਟੇਬਲ ਚੇਂਜਸ ਹੋਈਆਂ ਨੇਗੀਆਂ ਕਿਹੜੇ-ਕਿਹੜੇ ਵਿੱਚ ਹੋਈਆਂ ਕਿ ਮੋٹے-ਮੋٹے ਤੌਰ ਤੇ ਦੇਖੀਏ ਬਿਲਡਿੰਗਸ ਤੇ ਅਮੈਨਿਟੀਆਂ ਅਮੈਨਿਟੀਆਂ ਕੀ ਹੁੰਦੀਆਂ ਨੇਗੀਆਂ ਜੋ ਕੀਜ਼ਾ ਇਨਸਾਨ ਦੇ ਕੰਮ ਆਉਣ ਵਾਲੀਆਂ ਹੁੰਦੀਆਂ ਨੇ ਉਹਨੂੰ ਅਮੈਨਿਟੀਜ਼ ਬੋਲਦੇ ਹੈਗੇ ਏ ਐਮ ਈ ਐਨ ਆਈ ਟੀ ਆਈ ਈ ਐਸ ਅਮੈਨਿਟੀਜ਼ ਜਾਂ ਬੇਸਿਕ ਨੀਡਸ ਕਹ ਲਓ ਤੁਸੀਂ ਇਹਨੂੰ ਸੋ ਮੇਨ ਜਿਹੜੀਆਂ ਚੇਂਜਸ ਆਈਆਂ ਨੇ ਹੈਗੀਆਂ ਆਈਆਂ ਸੀਗੀਆਂ ਉਹ ਕਿਹੜੀਆਂ ਕਿਹੜੀਆਂ ਚੇਂਜਸ ਆਈਆਂ ਸੀ ਆਈਆਂ ਸੀ ਇਹਨੂੰ ਪਾਸਟ ਵਿੱਚ ਲਿਖ ਲੈਣਾ ਕਿਉਂਕਿ 1950 ਦੀ ਗੱਲ ਹੈਗੀ ਇਹ ਜਿਹੜੀਆਂ ਜਿਹੜੇ ਮੇਨ ਚੇਂਜਸ ਆਈਆਂ ਸੀਗੀਆਂ ਬਸ ਇਹਨੂੰ ਪ੍ਰੈਜ਼ੈਂਟ ਵਿੱਚ ਵੀ ਲਿਖ ਸਕਦੇ ਹੋ ਤੁਸੀਂ ਤੁਹਾਡੇ ਉੱਪਰ ਹੈਗਾ ਪਰ ਪਾਸਟ ਲਿਖੋਗੇ ਥੋੜਾ ਆਸਾਨ ਲੱਗੂਗਾ ਤੁਹਾਨੂੰ ਸੋ ਜੋ ਜਿਹ ਮੇਨ ਮੇਨ ਚੇਂਜਸ ਆਈਆਂ ਸੀਗੀਆਂ ਉਹ ਬਿਲਡਿੰਗ ਦੇ ਵਿੱਚ ਆਈਆਂ ਨੇ ਤੇ ਉਹ ਅਮੈਨਿਟੀ ਦੇ ਵਿੱਚ ਆਈਆਂ ਨੇ ਉਸ ਤੋਂ ਬਾਅਦ ਬੀਪੀ 1 ਦੇ ਵਿੱਚ ਤੁਸੀਂ ਕੀ ਲਿਖਣਾ ਹੈਗਾ 1910 ਦੇ ਵਿੱਚ ਜਿਹੜਾ ਇਹ ਏਰੀਆ ਹੈਗਾ ਉਹਦੇ ਵਿੱਚ ਰੈ residencial ਤੇ ਇੰਡਸਟਰੀਅਲ ਫੀਚਰ ਨੇ ਸੋ ਜਿਹੜਾ ਏਰੀਆ 1910 ਦੇ ਵਿੱਚ ਜਿਹੜਾ ਏਰੀਆ ਹੈ ਅਸੀਂ ਵੇਖ ਸਕਦੇ ਹਾਂ ਏਰੀਆ ਮਤਲਬ ਲੈਂਗਲੇ ਸੋ ਬਾਰ-ਬਾਰ ਲੈਂਗਲੇ ਲਿਖਣ ਦੀ ਲੋੜ ਨਹੀਂ ਹੈ ਏਰੀਆ ਦੀ ਗੱਲ ਕਰਾਂਗੇ ਸੋ ਜਿਹੜਾ ਏਰੀਆ ਹੈ ਉਹਦੇ ਵਿੱਚ ਰੈ residențial ਤੇ ਇੰਡਸਟਰੀਅਲ ਫੀਚਰ ਸੀਗੇ ਘਰ ਵੀ ਸੀਗੇ ਰੈ residențial ਨੂੰ ਆਪਾਂ ਘਰ ਕਹਾਂਗੇ ਘਰਾਂ ਨੂੰ residențial ਕਹਾਂਗੇ ਜਾਂ ਕਿਹ ਲੋ ਸੋ residențial ਜਿਹੜਾ ਕਮੋਡੇਸ਼ਨ ਫੀਚਰ ਸੀਗੇ ਪਲੱਸ ਇੰਡਸਟਰੀਅਲ ਫੀਚਰ ਨੇਗੇ ਪਰ 1950 ਦੇ ਵਿੱਚ ਇੰਡਸਟਰੀਅਲ ਫੀਚਰ ਆਮ ਤੌਰ ਦੇ ਉੱਪਰ ਜ਼ਿਆਦਾ ਲੈਵਲ ਦੇ ਉੱਪਰ ਜਾਂ ਕਿਹ ਲੋ ਲਾਰਜਲੀ ਡਿਸ ਅਪੀਅਰ ਹੋ ਗਏ ਤੁਸੀਂ ਵੇਖ ਸਕਦੇ ਹੋਗੇ ਕਿ 1910 ਦੇ ਵਿੱਚ ਨਾਰਥ ਦੇ ਵਿੱਚ ਨਾਰਥ ਦੇ ਵਿੱਚ ਫੈਕਟਰੀ ਸੀ ਪਰ ਇਧਰ ਜੇ ਤੁਸੀਂ ਵੇਖੋਗੇ ਲੈਂਗਲੇ 1950 ਦੇ ਵਿੱਚ ਇਹ ਜਾ ਚੁੱਕਿਆ ਹੈਗਾ ਓਕੇ ਸੋ ਆਪਾਂ ਇੱਥੇ ਕੀ ਕਹਾਂਗੇ ਕਿ 1910 ਦੇ ਵਿੱਚ ਰੈ residențial ਦੇ ਕਮਰਸ਼ੀਅਲ ਫੀਚਰ ਜ਼ਿਆਦਾ ਸੀ ਕੰਬੀਨੇਸ਼ਨ ਸੀ ਪਰ 1950 ਦੇ ਵਿੱਚ ਕੀ ਹੋਇਆ ਇੰਡਸਟਰੀਅਲ ਫੀਚਰ ਲਾਰਜਲੀ ਡਿਸਪੀਅਰ ਹੋ ਗਏ whereas ਉੱਥੇ ਹੀ ਕੀ ਹੋਇਆ whereas 1910 ਦੇ ਵਿੱਚ ਰੇਲਵੇ ਲਾਈਨ ਆ ਨੇਬਰਹੂਡ ਦੇ ਵਿੱਚ ਸੀਗੀ ਮਤਲਬ ਕਿ ਰੇਲਵੇ ਲਾਈਨ ਇੱਕ ਸਾਈਡ ਨੇਬਰਹੂਡ ਦਾ ਮਤਲਬ ਕਿ ਨਾਲ ਸੀਗੀ ਇਸ ਏਰੀਏ ਦੇ ਇੱਕ ਸਾਈਡ ਤੇ ਸੀਗੀ ਠੀਕ ਆ ਸੋ ਜੋ ਰੇਲਵੇ ਲਾਈਨ ਸੀਗੀ ਉਹ ਤੁਸੀਂ ਕਹਿ ਲਓ ਕਿ ਰੇਨ ਥਰੂ ਦਾ ਨੇਬਰਹੂਡ ਸੋ ਨਾਲ ਹੀ ਸੀਗੀ ਏਰੀਏ ਦੇ ਨਾਲ ਹੀ ਚੱਲਦੀ ਸੀ ਪਰ 1950 ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਰੇਲਵੇ ਲਾਈਨ ਸ਼ਹਿਰ ਕਰਦੇ ਜਾਂ ਨੇਬਰਹੂਡ ਦੇ ਜਾਂ ਗਵਾਨ ਦੇ ਵਿੱਚ ਜਾਂ ਏਰੀਏ ਦੇ ਨਾਲੋਂ ਹਟਾਤੀ ਹੈ। ਹੈ ਰਹੀਆਂ ਦੇਖੋ ਇੱਧਰ ਪਾਸੇ। ਉਸ ਤੋਂ ਬਾਅਦ ਅੱਗੇ ਵਧੀਏ ਤਾਂ ਅੱਗੇ ਵਧਨ ਨੂੰ ਕਹਿੰਦਾ ਫਰਦਰ ਮੋਰ। ਫਰਦਰ ਮੋਰ ਜਿਹੜੇ ਟਾਊਨ ਹਾਊਸਸ ਨੇ 1910 ਦੇ ਵਿੱਚ ਟਾਊਨ ਹਾਊਸਸ ਉਹ ਡੋਮਿਨੇਟ ਕਰ ਰਹੇ ਸੀਗੇ ਟਾਊਨ ਹਾਊਸਸ ਤੁਸੀਂ ਵੇਖ ਸਕਦੇ ਹੋਗੇ ਲੈਂਗਲੇ 1910 ਦੇ ਵਿੱਚ ਨਾਰਥ ਦੇ ਵਿੱਚ ਸੌਰੀ ਵੈਸਟ ਦੇ ਵਿੱਚ ਟਾਊਨ ਹਾਊਸਸ ਹੈਗੇ ਨੇਗੇ ਪਰ 1910 ਦੇ ਵਿੱਚ ਨਹੀਂ ਹੈਗੇ ਸੋ ਫਰਦਰ ਮੋਜੇ ਟਾਊਨ ਹਾਊਸਸ ਸੀਗੇ ਉਹ ਯੂਜ਼ ਟੂ ਡੋਮੀਨੇਟ ਉਹ 1910 ਦੇ ਮੈਪ ਨੂੰ ਡੋਮੀਨੇਟ ਕਰਦੇ ਸੀਗੇ ਉਹਨੂੰ ਰਿਪਲੇਸ ਕਰਕੇ ਉਹਦੀ ਜਗ੍ਹਾ ਦੇ ਉੱਪਰ ਕੀ ਬਣ ਗਏ ਹੁਣ ਦੇਖੋ ਫਲੈਟ ਬਣ ਗਏ 1910 ਦੇ ਵਿੱਚ ਟਾਊਨ ਹਾਊਸਸ ਸੀਗੇ ਵੈਸਟ ਵਿੱਚ ਪਰ ਇਹਦੇ ਵਿੱਚ ਵੈਸਟ ਦੇ ਵਿੱਚ ਕੀ ਬਣ ਗਿਆ ਫਲੈਟਸ ਬਣ ਗਏ ਓਕੇ ਐਂਡ ਇੱਕ ਗੱਲ ਹੋਰ ਜਿਹੜਾ ਵੇਸ ਲੈਂਡ ਆਇਗਾ 1910 ਦੇ ਵਿੱਚ ਵੇਸ ਲੈਂਡ ਸੀਗਾ ਕਿੱਥੇ ਸਾਊਥ ਦੇ ਵਿੱਚ ਉਹ ਵੀ ਹੁਣ ਜਾ ਚੁੱਕਿਆ ਸੀਗਾ ਮਤਲਬ ਹੈਡ ਗੋਨ ਮਤਲਬ ਜਾਂ ਇਹਨੂੰ ਕਹਿ ਲੋ ਕਿ ਇਹ ਖਤਮ ਹੋ ਚੁੱਕਿਆ ਸੀਗਾ ਇਸ ਤੋਂ ਬਾਅਦ ਅਗਰ ਆਪਾਂ ਨੇ ਪੈਰਾਗ੍ਰਾਫ ਚੇਂਜ ਕਰਨਾ ਤੁਸੀਂ ਕਹਿ ਸਕਦੇ ਹੋਗੇ ਅਨਦਰ ਮੇਜਰ ਚੇਂਜ ਟੂ ਦਾ ਏਰੀਆ ਸੋ ਜਿਹੜਾ ਵੱਡਾ ਚੇਂਜ ਆਇਆ ਹੋਰ ਉਹ ਕਿਹੜਾ ਹੈਗਾ 1950 ਦੇ ਵਿੱਚ ਆਇਆਗਾ ਉਹ ਹੈ ਕਮਰਸ਼ੀਅਲ ਤੇ ਰੀਕ੍ਰੀਏਸ਼ਨ ਫੀਚਰ ਆਗੇ ਕਮਰਸ਼ੀਅਲ ਤੇ ਰੀਕ੍ਰੀਏਸ਼ਨਲ ਕਮਰਸ਼ੀਅਲ ਤੇ ਰੀਕ੍ਰੀਏਸ਼ਨ ਰੀਕ੍ਰੀਏਸ਼ਨਲ ਦੇ ਵਿੱਚ ਜਿਵੇਂ ਆ ਚਿਲड्रन ਦੇ ਚਿਲड्रन ਦਾ ਪਾਰਕ ਬਣ ਗਿਆ ਸ਼ਰਮਨ ਪਾਰਕ ਬਣ ਗਿਆ ਇਹ ਵਾਲੀਆਂ ਚੀਜ਼ਾਂ ਸੋ ਆਪਾਂ ਕੀ ਕਹਾਂਗੇ ਕਿ 1950 ਦੇ ਵਿੱਚ ਕਮਰਸ਼ੀਅਲ ਤੇ ਰੀਕ੍ਰੀਏਸ਼ਨਲ ਫੀਚਰ ਜ਼ਿਆਦਾ ਡਿਵੈਲਪ ਹੋਏ ਜਿਹੜੀ ਸੈਕੰਡ ਰੋ ਆਫ ਹਾਊਸਸ ਸੀ ਸ਼ਰਮਨ ਸਟ੍ਰੀਟਸ ਸ਼ਰਮਨ ਸਟ੍ਰੀਟ ਘਰ ਦੀ ਜਿਹੜੀ ਸੈਕੰਡ ਰੋ ਸੀਗੀ ਉਹਨੂੰ ਢਾ ਦਿੱਤਾ ਗਿਆ ਸੀ ਡੈਮੋਲੇਸ਼ਨ ਕਰ ਦਿੱਤੀ ਗਈ ਸੀਗੀ ਸ਼ਰਮਨ ਸਟ੍ਰੀਟ ਦੇ ਵਿੱਚ ਤੁਸੀਂ ਵੇਖ ਸਕਦੇ ਹੋਗੇ ਕਿ 1910 ਦੇ ਵਿੱਚ ਨਾ ਦੇਖੋ ਸ਼ਰਮਨ ਸਟਰੀਟ ਦੇ ਨੇੜੇ ਘਰ ਨੇ ਗਿਆ। ਦਿਖ ਰਿਹਾ ਨਾ ਤੁਹਾਨੂੰ ਘਰ ਪਰ ਅਗਰ ਆਪਾਂ ਹੁਣ ਵੇਖੀਏ ਸ਼ਰਮਨ ਸਟਰੀਟ ਦੇ ਆਲੇ-ਦੁਆਲੇ ਘਰ ਨਹੀਂ ਹੈਗੇਗੇ। ਬਲਕਿ ਇੱਕ ਪਾਸੇ ਸ਼ਰਮਨ ਮੈਂਸ਼ਨ ਬਣ ਗਿਆ ਦੂਸਰੇ ਪਾਸੇ ਪਾਕ ਬਣ ਗਿਆ ਸ਼ਰਮਨ। ਸੋ ਆਪਾਂ ਕੀ ਕਹਾਂਗੇ ਡੈਮੋਲਿਸ਼ਨ ਹੋ ਗਿਆ ਸੈਕੰਡ ਰੋ ਆਫ ਹਾਊਸਸ। ਸੋ ਸ਼ਰਮਨ ਸਟਰੀਟ ਦੇ ਅ ਵਿੱਚ ਜਾਇ ਇਸ ਇਸ ਸਟਰੀਟ ਤੇ ਜਿਹੜਾ ਸੈਕੰਡ ਰੋਅ ਆਫ ਹਾਊਸ ਸੀ ਉਹਨੂੰ ਡੈਮੋਲੀਸ਼ਨ ਹੋ ਗਈ ਤੇ ਰੇਲਵੇ ਲਾਈਨ ਦੇ ਡੈਮੋਲੀ ਰਿਮੂਵ ਕਰ ਦਿੱਤਾ ਗਿਆ ਤੇ ਰੇਲਵੇ ਲਾਈਨ ਨੂੰ ਰਿਮੂਵ ਕਰਕੇ ਇਹਦੀ ਜਗ੍ਹਾ ਦੇ ਉੱਪਰ ਸਪੇਸ਼ੀਅਸ ਸਪੇਸ਼ੀਅਸ ਦਾ ਮਤਲਬ ਖੁੱਲਾ ਡੁੱਲਾ ਖੁੱਲਾ ਪਾਰਕ ਬਣਾਇਆ ਗਿਆ ਤੇ ਚਿਲਡਰਨਸ ਪਲੇਅਰਿਆ ਬਣਾਇਆ ਗਿਆ ਸੋ ਕੀ ਕਹਾਗੇ ਆਪਾਂ 1910 ਦੇ ਵਿੱਚ ਇਹ ਸ਼ਰਮਾ ਸਟਰੀਟ ਦੇ ਵਿੱਚ ਘਰ ਸੀਗੇ ਤੇ ਰੇਲਵੇ ਰੇਲਵੇ ਲਾਈਨ ਸੀ ਹੇਠਾਂ ਬਿਲਕੁਲ ਸਾਊਥ ਦੇ ਵਿੱਚ ਇਹਨਾਂ ਦੋਨੋਂ ਚੀਜ਼ਾਂ ਨੂੰ ਹਟਾ ਕੇ ਇਹਦੀ ਜਗ੍ਹਾ ਦੇ ਉੱਪਰ ਕੀ ਕਰ ਦਿੱਤਾ ਗਿਆ ਬੱਚਿਆਂ ਦਾ ਘਰ ਬਣਾ ਦਿੱਤਾ ਗਿਆ ਬੱਚਿਆਂ ਦਾ ਖੇਡਣ ਵਾਲੀ ਥਾਂ ਬਣਾ ਦਿੱਤੀ ਗਈ ਜਿੱਥੇ ਸ਼ਰਮਨ ਪਾਰਕ ਬਣਾ ਦਿੱਤਾ ਗਿਆ ਅਗਰ ਆਪਾਂ ਕਮਰਸ਼ੀਅਲ ਸਾਈਡ ਦੀ ਗੱਲ ਕਰੀਏ ਆਪਾਂ ਲਿਖਿਆ ਨਾ ਪੈਰਾਗ੍ਰਾਫ ਦੀ ਸਟਾਰਟਿੰਗ ਦੇ ਵਿੱਚ ਕਿ ਇੱਕ ਤਾਂ 1950 ਦੇ ਵਿੱਚ ਰੀਕ੍ਰੀਏਸ਼ਨਲ ਐਕਟੀਵਿਟੀਆਂ ਜ਼ਿਆਦਾ ਹੋਈਆਂ ਇਹਦੇ ਵਿੱਚ ਫੀਚਰ ਆ ਗਿਆ ਤੇ ਦੂਸਰਾ ਕਮਰਸ਼ੀਅਲ ਆ ਗਿਆ ਰੀਕ੍ਰੀਏਸ਼ਨਲ ਦੀ ਤਾਂ ਆਪਾਂ ਗੱਲ ਦੱਸਤੀ ਕਿ ਪਾਰਕ ਆ ਗਿਆ ਤਾਂ ਚਿਲਡਰਨਸ ਪਲੇ ਏਰੀਆ ਬਣ ਗਿਆ ਅਗਰ ਕਮਰਸ਼ੀਅਲ ਸਾਈਡ ਦੀ ਗੱਲ ਕਰੀਏ ਤਾਂ ਆਪਾਂ ਕਹਾਂਗੇ ਕਿ ਔਨ ਦਾ ਰਾਈਟ ਆਫ ਦਾ ਪਾਰਕ ਤੁਸੀਂ ਪਾਰਕ ਦੇ ਰਾਈਟ ਵਿੱਚ ਦੇਖ ਸਕਦੇ ਹੋਗੇ ਨਿਊ ਸਟੋਰਸ ਬਣ ਗਏ ਨਵੇਂ ਸਟੋਰ ਤਿੰਨ ਸਟੋਰ ਨੇਗੇ ਆਪਾਂ ਕਹੇ ਨਵੇਂ ਸਟੋਰਸ ਬਣ ਗਏ ਜਿਨ੍ਹਾਂ ਨੂੰ ਨਿਊ ਲੇਨ ਕਿਹਾ ਗਿਆ ਜੇਨੂੰ ਜੇਨੂੰ ਨਿਊ ਲੇਨ ਕਹਿ ਸਕਦੇ ਹੋ ਵੀ ਤੁਸੀਂ ਕਹਿ ਸਕਦੇ ਹੋ ਕਿ ਇਹ ਨਿਊ ਲੇਨ ਬਣ ਗਈ ਜਿਹਦੇ ਵਿੱਚ ਕਿ ਸਟੋਰ ਬਣ ਗਏ ਸੋ ਨਿਊ ਲੇਨ ਦੇ ਵਿੱਚ ਨਿਊ ਲੇਨ ਦਾ ਮਤਲਬ ਹੈ ਕਿ ਨਵਾਂ ਗਲੀ ਕਹਿ ਲਓ ਨਵਾਂ ਏਰੀਆ ਕਹਿ ਲਓ ਨਵੀਂ ਕਲੋਨੀ ਬਣ ਗਈ ਬਣ ਗਈ ਜਿਹਦੇ ਵਿੱਚ ਕਿ ਸਟੋਰ ਬਣ ਗਏ ਇਹ ਕਿਨੂੰ ਰਿਪਲੇਸ ਕਰਤਾ ਇਹਨੇ ਇਨੇ ਰਿਪਲੇਸ ਕਰਤਾ 1910 ਵਿੱਚ ਬਣੇ ਹੋਏ ਛੋਟੇ ਛੋਟੇ ਸਟੋਰ ਨੂੰ ਠੀਕ ਹੈ ਜੀ ਛੋਟੇ ਛੋਟੇ ਸਟੋਰ ਨੂੰ ਤੇ ਕੈਫੇ ਤੇ ਲਾਂਡਰੀ ਉੱਥੇ ਦੇ ਉੱਥੇ ਨੇ ਜਿੱਥੇ ਪਹਿਲਾਂ ਸੀਗੇ ਥੋੜਾ ਜਿਹਾ ਜੇ ਲੋਕੇਸ਼ਨ ਚੇਂਜ ਹੋਈ ਹੈਗੀ ਪਰ ਸਾਈਜ਼ ਉਹੀ ਹੈਗਾ ਉੱਥੇ ਜਿਹੀਂ ਲਗਭਗ ਸੋ ਇਹ ਉੱਥੇ ਦੇ ਉੱਥੇ ਹੀ ਰਹਿ ਨੇ ਸੋ ਸਮਾਪਜੇ ਕਰਨਾ ਹੋਵੇ ਆਪਾਂ ਕਹਾਂਗੇ ਜਿਹੜਾ ਏਰੀਆ ਸੀਗਾ ਉਹਨੂੰ ਪੂਰੀ ਤਰ੍ਹਾਂ ਰੈਨੋਵੇਟ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਬਹੁਤ ਤਰ੍ਹਾਂ ਦੀ ਚੇਂਜ ਆਈ ਹੈ ਇਹਦੇ ਵਿੱਚ ਲਗਭਗ ਹਰ ਕੁਸ਼ੀ ਚੇਂਜ ਕੀਤਾ ਕੈਫੇ ਤੇ ਲਾਂਡਰੀ ਨੂੰ ਛੱਡ ਕੇ ਪਹਿਲਾਂ ਸਟੋਰ ਇੱਕ ਸੀਗਾ ਹੁਣ ਤਿੰਨ ਬਣ ਗਏ ਲੋਕੇਸ਼ਨ ਚੇਂਜ ਹੋ ਗਈ ਪਹਿਲਾਂ ਟਾਊਨ ਹਾਊਸ ਸੀਗੇ ਫਿਰ ਫਲੈਟ ਬਣ ਗਏ ਪਹਿਲਾਂ ਕੋਈ ਪਾਰਕ ਨਹੀਂ ਹੈਗਾ ਸੀਗਾ ਹੁਣ ਪਾਰਕ ਬਣ ਗਏ ਹੁਣ ਜਿਹੜਾ ਇਹ ਰੈ residențial ਏਰੀਆ ਹੈਗਾ ਉੱਚ ਫੈਕਟਰੀ ਸੀ ਪਹਿਲਾਂ ਬਣੀ ਹੋਈ ਹੁਣ ਉਹ ਫੈਕਟਰੀ ਨੂੰ ਵੀ ਹਟਾ ਦਿੱਤਾ ਗਿਆ ਵੇਸਲੈਂਡ ਸੀ ਪਹਿਲਾਂ ਉਹ ਵੀ ਹਟਾ ਦਿੱਤਾ ਗਿਆ ਰਿਪਲੇਸ ਕਰ ਦਿੱਤਾ ਗਿਆ ਵੇਸਲੈਂਡ ਚਾਹੇ ਉੱਪਰ ਸੀ ਚਾਹੇ ਹੇਠਾਂ ਸੀ ਗਿਆ ਉਹਨੂੰ ਹਟਾ ਦਿੱਤਾ ਗਿਆ ਠੀਕ ਹੈ ਜੀ ਸੋ ਇਹ ਕਹਿ ਸਕਦੇ ਆਂ ਕਿ ਜਿਹੜਾ ਏਰੀਆ ਹੈ ਉਹ ਪੂਰੀ ਤਰ੍ਹਾਂ ਰੈਨੋਵੇਟ ਕਰ ਦਿੱਤਾ ਗਿਆ ਹੈਗਾ ਤੇ ਨਾਲ ਜਿਹੜੇ ਫੰਡਾਮੈਂਟਲ ਚੇਂਜ ਨੇਗੇ ਉਹ ਵੀ ਆਏ ਨੇ ਰੈ residențial ਅਕਾਮੋਡੇਸ਼ਨ ਦੇ ਵਿੱਚ ਕਮਰਸ਼ੀਅਲ ਦੇ ਵਿੱਚ ਤੇਰੀ ਕ੍ਰੀਏਸ਼ਨਲ ਦੇ ਵਿੱਚ ਉਹ ਗੱਲਾਂ ਧਿਆਨ ਰੱਖੀਆਂ ਰੈ residențial ਦੇ ਵਿੱਚ ਆਇਆ ਕਮਰਸ਼ੀਅਲ ਦੇ ਵਿੱਚ ਆਇਆਗਾ ਤੇਰੀ ਕ੍ਰੀਏਸ਼ਨਲ ਦੇ ਵਿੱਚ ਆਇਆਗਾ ਸੋ ਇਹ ਸਾਡਾ ਮੇਨ ਕੰਮ ਆਗਾ ਜਿਹੜਾ ਕਿ ਸਾਡਾ ਇਹਦੇ ਵਿੱਚ ਅਸੀਂ ਕਰ ਚੁੱਕੇ ਹਾਂ ਇੱਕ ਇੱਕ ਪੁਆਇੰਟ ਮੈਂ ਡਿਸਕਸ ਕਰ ਚੁੱਕਾ ਮੈਨੂੰ ਉਮੀਦ ਆ ਕਿ ਤੁਹਾਨੂੰ ਸਮਝ ਆ ਚੁੱਕਿਆ ਜੇ ਤੁਹਾਨੂੰ ਕੋਈ ਵੀ ਹੋਰ ਤਰ੍ਹਾਂ ਦੀ ਦਿੱਕਤ ਆ ਗਈ ਹੈ ਤੁਸੀਂ ਆਪਣਾ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋਗੇ ਥੈਂਕ ਯੂ ਸੋ ਮੱਚ